विसर नाही दाता अपना नाम देहो गुण गावा दिन रात नानक जाओ ए हो दिन रात नानक जाओ ए हो तन सो विराजित दर्शन करना तन सो विराजित दर्शन करना हम बलिहारी सतगुरु चरण आनंद गुणी निदान हे करुणानिद हे रव हे सास हे करुणानिद हे रव हे सास हे करुणानिद मेरिया बेनती बेनती सुननी जय हे रव हे सास हे करुणानिद हे रव हे सास हे करुणानिद और न मांगत हा तुम ते कछ और न मांगत हाँ तुम ते कछ चाहत चित में सोई की चाहत चित में सोई की चाहत हो चित में सोई की जय हे रव हे सास हे करुणानिद हे रव हे सास हे करुणानिद शस्त्रन स्यों अत ही रण भीतर शस्त्रन स्यों अत ही रण भीतर जूझ मरो तो जूझ मरो तो
मरो तो साच पती जय हे रव हे सस हे करुणा निध हे रव हे सस हे करुणा निध मेरिया बिनती सहाय सदा जग माहे संत सहाय सदा जग माहे कृपा कर श्याम है बर कृपा कर श्याम है बरती जय कृपा कर श्याम है बरती जय कृपा कर श्याम है सस हे करुणा नित हे रव हे सस हे करुणा नित मेरी अब बिनती सुन लीजे मेरी अब और न मांगत हो तुम ते कछ और न मांगत हो तुम ते कछ चाहत हो चाहत हो चित में सोई की जय हे रव हे सस हे करुणा निध हे रव हे सस हे करुणा निध हे रव हे सस हे रव हे सस हे रव हे सस हे करुणानिध होई बोल
गुण राम राम कोई खुदाई, कोई गुण राम राम कोई खुदाई, कोई सेव गुसैया कोई सेव गुसैया गुसैया कोई अलाए कोई बोल राम राम कोई खुदा कोई बोल राम राम कोई खुदा कोई उड़ने
ਸੇਵਕ ਗੁਸਈਆ ਕੋਈ ਅਲਾਏ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਛੇ ਪਿਸ ਪਿਸਤ ਕੋਈ ਸੁਰ ਬਿੰਦੂ ਕੋਈ ਬੋਲ ਰਾਮ ਰਾਮ ਕੋਈ ਖੁਦਾ ਕੋਈ ਬੋਲ ਰਾਮ ਰਾਮ ਕੋਈ ਖੁਦਾ ਕੋਈ ਸੇਵਾ ਗੁਸਈਆ ਕੋਈ ਸੇਵਾ ਗੁਸਈਆ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕਹੋ ਨਾਨਕ ਜਿੰਨ ਹੁਕਮ ਪਛਾਤਾ ਕਹੋ ਨਾਨਕ ਜਿੰਨ ਹੁਕਮ ਪਛਾਤਾ ਪ੍ਰਭ ਸਾਹਿਬ ਪ੍ਰਭ ਸਾਹਿਬ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕੋਈ ਸੇਵਾ ਗੁਸਈਆ ਕੋਈ ਸੇਵਾ ਗੁਸਈਆ ਕੋਈ ਅਲਾਏ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕਾਰਨ ਕਰਨ ਕਰਨ ਕਰੀ ਕਾਰਣ ਕਰਨ ਕਰਨ ਕਰੀਮ ਕਿਰਪਾ ਧਾਰ ਕਿਰਪਾ ਧਾਰ ਕਿਰਪਾ ਧਾਰ ਧਾਰ ਰਹੀ ਕੋਈ ਬੋਲ ਰਾਮ ਰਾਮ ਕੋਈ ਖੁਦਾ ਵਾਹਿਗੁਰੂ।
ਸਭ ਪਰਵਾਰ ਚੜਾਇਆ ਮੇਰ ਦੀਨ ਦਿਆਲ ਪਰੋਸੈ ਤੇਰਾ ਸਭ ਪਰਵਾਰ ਚੜਾਇਆ ਮੇਰ ਦੀਨ ਦਿਆਲ ਪਰੋਸੈ ਸਭ ਪਰਵਾਰ ਚੜਾਇਆ ਬੇੜ ਸਭ ਪਰਵਾਰ ਚੜਾਇਆ ਬੇੜ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਸਭ ਪਰਵਾਰ ਚੜਾਇਆ ਬੇੜ ਦੀਨ ਦਿਆਲ ਪਰੋਸੈ ਤੇਰਾ ਸਭ ਪਰਵਾਰ ਚੜਾਇਆ ਬੇੜ ਜਾਤਿਸ ਪਾਵੈ ਤਾ ਹੁਕਮ ਮਨਾਵੈ ਜਾਤਿਸ ਪਾਵੈ ਤਾ ਹੁਕਮ ਮਨਾਵੈ ਇਸ ਸਭ ਪਰਵਾਰ ਚੜਾਇਆ ਬੇੜ ਦੀਨ ਦਿਆਲ ਪਰੋਸੈ ਤੇਰਾ ਸਭ ਪਰਵਾਰ ਚੜਾਇਆ ਬੇੜ ਰਾਮ ਜਪੋ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ
Yeah.
ਕਰੋ ਰਚਨਾ ਨੂੰ ਪਵਿੱਤਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਦਰਬਾਰ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਸੁਭਾਅ ਹੈ ਗੁਰੂ ਦਾ। ਆਪਾਂ ਸ਼ਰਨ ਵਿੱਚ ਆਏ ਹਾਂ ਤੇ ਜਿਹੜੀ ਸੰਗਤ ਗੁਰੂ ਦੀ ਸੰਗਤ ਸਤਿਗੁਰੂ ਜੀ ਦੇ ਚਰਨਾਂ 'ਚ ਆ ਜਾਂਦੇ ਹਨ ਮਨ ਕਰਕੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ, ਬੜੀ ਵੱਡੀ ਬਖਸ਼ਿਸ਼ ਹੋਇਆ ਕਰਦੀ ਹੈ। ਕਿਉਂਕਿ ਸਤਿਗੁਰੂ ਜੀ ਨੇ ਆਖਿਆ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਆਪਾਂ ਕਹਿ ਹੀ ਨਹੀਂ ਸਕਦੇ ਕਿੰਨੀਆਂ ਕੁ ਵੱਡੀਆਂ ਵਡਿਆਈਆਂ ਹਨ। ਗੁਰੂ ਦੇ ਚਰਨਾਂ ਨਾਲ ਜੁੜੇ ਹਾਂ, ਬੜੇ ਵੱਡੇ ਭਾਗ ਹਨ। ਇਸ ਸਮੇਂ ਦੇ ਉੱਤੇ ਵੀ ਆਪਾਂ ਗੁਰੂ ਦੇ ਚਰਨਾਂ 'ਚ ਜੁੜੇ ਹਾਂ ਕਿਉਂਕਿ ਜਿੱਥੇ ਬੈਸਨ ਸਾਧ ਜਨ ਸੁਥਾਨ ਸੁਹੰਦਾ, ਜਿੱਥੇ ਸੰਗਤਾਂ ਬੈਠ ਜਾਣ ਗੁਰੂ ਦੇ ਚਰਨ ਪਰਸੇ ਜਾਣ, ਉਸ ਜਗ੍ਹਾ ਉਹ ਥਾਨ ਭਾਵ ਕਿ ਸਾਡਾ ਹਿਰਦਾ ਘਰ ਅਸਲੀ ਉਹ ਥਾਨ ਹੈ, ਉਹਨੇ ਪਵਿੱਤਰ ਹੋਣਾ ਹੈ। ਜਦੋਂ ਸਾਡਾ ਮਨ ਪਵਿੱਤਰ ਹੈ ਤੇ ਤਨ ਆਪਣੇ ਆਪ ਪਵਿੱਤਰ ਹੋ ਜਾਂਦਾ ਹੈ, ਘਰ ਸੁੱਖ ਵਸਿਆ। ਘਰ ਕਿਹੜਾ ਹੈ? ਹਿਰਦਾ ਘਰ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਤੇ ਸਤਸੰਗ ਜਿਹੜਾ ਹੈ, ਗੁਰਬਾਣੀ ਨੇ ਵੀ ਆਖਿਆ ਬਿਨ ਭਾਗਾਂ ਸਤਸੰਗ ਨਾ ਲੱਭੈ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਆਖਿਆ, ਸੁਖ ਰਾਜੇ ਹਰੀ ਚੰਦ ਘਰ, ਨਾਰ ਸਿਤਾਰਾਂ ਲੋਚਨ ਰਾਣੀ, ਸਾਧ ਸੰਗਤ ਮਿਲ ਗਾਉਂਦੇ ਰਾਤੀ, ਜਾਏ ਸੁਣੈ ਗੁਰਬਾਣੀ। ਸਾਰੀ ਸਾਰੀ ਰਾਤ ਗੁਰਬਾਣੀ ਸਰਵਣ ਕਰਿਆ ਕਰਦੇ ਸਨ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ, ਜਦੋਂ ਰਾਣੀ ਗੁਰਬਾਣੀ ਸੁਣਨ ਵਾਸਤੇ ਸਤਸੰਗ ਦੇ ਨਾਲ ਜੁੜਿਆ ਕਰਦੇ ਸਨ, ਕਹਿੰਦੇ ਹਨ ਕਿ ਜਦੋਂ ਰਾਜਾ ਜਾਗਿਆ, ਦੇਖਿਆ ਅੱਧੀ ਰਾਤ ਨਿਖੰਡ ਵਿਹਾਣੀ। ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਵਿਹਾਣੀ, ਰਾਣੀ ਦਿਸ ਨਾ ਆਵੀ ਮਨ ਵਿੱਚ ਵਰਤ ਗਈ ਹੈ ਰਾਣੀ। ਹੈਰਾਨ ਹੋ ਗਿਆ ਕਿ ਰਾਣੀ ਇਸ ਵਕਤ ਕਿੱਥੇ ਗਈ। ਭਾਈ ਗੁਰਦਾਸ ਜੀ ਕਹਿੰਦੇ ਨੇ ਹੋਰਤ ਰਾਤੀ ਉੱਠ ਕੇ ਚੱਲਿਆ ਪਿੱਛੇ, ਤਰਲ ਜਵਾਨੀ ਪਿੱਛੇ ਪਿੱਛੇ ਚੱਲ ਪਿਆ, ਦੱਸਿਆ ਨੀ। ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ। ਕਹਿੰਦੇ ਹਨ ਰਾਣੀ ਸੰਗਤ ਜਾ ਕੇ ਬੈਠ ਗਈ, ਖੜਾਵਾਂ ਬਾਹਰ ਉਤਾਰ ਦਿੱਤੀਆਂ। ਕਹਿੰਦੇ ਹਨ ਕਿ ਇੱਕ ਖੁੜਾ ਚੁੱਕ ਕੇ ਰਾਜਾ ਘਰ ਲੈ ਆਇਆ। ਸਮਾਪਤੀ ਉਪਰੰਤ ਕਹਿੰਦੇ ਹਨ ਕਿ ਜਦੋਂ ਸਾਰੀ ਸੰਗਤ ਬਾਹਰ ਆਈ, ਰਾਣੀ ਨੇ ਵੇਖਿਆ ਇੱਕ ਖੜਾ ਪਈ ਹੈ, ਦੂਸਰੀ ਨਹੀਂ।
ਇੱਥੇ ਭਾਈ ਗੁਰਦਾਸ ਜੀ ਨੇ ਦੱਸਣਾ ਕੀਤਾ ਕਿ ਸਾਰੀ ਰਾਤ ਉਹਨਾਂ ਨੇ ਸੰਗਤ ਕੀਤੀ, ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੇ, ਤੇ ਜਦੋਂ ਬਾਹਰ ਆ ਕੇ ਇਹ ਵੇਖਿਆ, ਕਹਿੰਦੇ ਹਨ ਕਿ ਸਾਧ ਸੰਗਤ ਮਿਲ ਅਰਾਧਿਆ, ਅਰਾਧਨਾ ਕੀਤੀ ਸੰਗਤ ਨੇ, ਅਰਾਧਨਾ ਕੀਤੀ, ਜੋੜੀ ਜੁੜੀ ਖੜਾਓ ਨਿਸ਼ਾਨੀ। ਉਹ ਜਿਹੜੀ ਖੜਾ ਰਾਜਾ ਚੁੱਕ ਕੇ ਲੈ ਗਿਆ ਸੀ, ਮਾਲਕ ਦੀ ਇਹੋ ਜਿਹੀ ਕਿਰਪਾ ਹੋਈ, ਕਿਉਂਕਿ ਜਿਸ ਪੱਤ ਰੱਖਾ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ, ਵਡਿਆਈਆਂ ਉਸ ਮਾਲਕ ਦੀਆਂ ਹਨ। ਹੁਣ ਰਾਣੀ ਦੋਵੇਂ ਖੜਾਵਾਂ ਪਾ ਕੇ ਜਦੋਂ ਘਰ ਗਈ, ਰਾਜਾ ਪੈਰਾਂ ਵੱਲ ਵੇਖਦਾ ਹੈ ਕਿ ਖੜਾਵਾਂ ਤੇ ਦੋਵੇਂ ਹੀ ਨੇ। ਜਦੋਂ ਇਹ ਗੱਲ ਪੂਰੀ ਜਦੋਂ ਰਾਜੇ ਨੂੰ ਦੱਸਣਾ ਕੀਤੀ, ਕਿਉਂਕਿ ਰਾਜੇ ਨੇ ਪੁੱਛਣਾ ਕੀਤਾ, ਤੇ ਸਾਧ ਸੰਗਤ ਜੀ ਦੂਸਰੇ ਦਿਨ ਫਿਰ ਰਾਜਾ ਕਹਿਣ ਲੱਗਾ, ਇੰਨੀ ਤਾਕਤ ਸਿਮਰਨ ਦੇ ਅੰਦਰ, ਸਤਸੰਗ ਦੇ ਅੰਦਰ ਇੰਨੀ ਤਾਕਤ, ਦੂਸਰੇ ਦਿਨ ਰਾਜਾ ਵੀ ਕਹਿਣ ਲੱਗਾ ਮੈਂ ਵੀ ਤੇਰੇ ਨਾਲ ਜਾਵਾਂਗਾ। ਆਖੋ ਸਤਨਾਮ ਸ੍ਰੀ ਵਾਹਿ। ਰਾਜਾ ਵੀ ਸਤਸੰਗ ਸੁਣਨ ਵਾਸਤੇ ਤਿਆਰ ਹੋ ਗਿਆ ਸੀ। ਇਸੇ ਤਰ੍ਹਾਂ ਸੈਣ ਨਾਈ ਵੀ ਜਦੋਂ ਕੀਰਤਨ ਹੋਇਆ, ਰਹਿਣ ਸਵਾਈ ਆਏ ਸੰਤ ਪ੍ਰਾਹੁਣੇ, ਸਾਰੀ ਰਾਤ ਕੀਰਤਨ ਹੋਇਆ ਸੀ, ਉਦੋਂ ਵੀ ਪਰਮਾਤਮਾ ਨੇ ਆਪਣੇ ਸੇਵਕ ਦੀ ਪੈਜ ਰੱਖਦੇ ਹੋਏ ਆਪ ਜਾ ਕੇ ਰਾਜੇ ਦੀ ਸੇਵਾ ਕੀਤੀ ਸੀ। ਸਾਧ ਸੰਗਤ ਜੀ, ਵਡਿਆਈਆਂ ਆਪਾਂ ਦੱਸ ਨਹੀਂ ਸਕਦੇ ਕਿ ਪਰਮੇਸ਼ਰ ਕਿੰਨੀਆਂ ਕੁ ਵਡਿਆਈਆਂ ਬਖਸ਼ਦਾ। ਸਭ ਤੋਂ ਵੱਡੇ ਭਾਗ ਹਨ ਸਾਡੇ, ਸਾਨੂੰ ਜਿਹੜਾ ਇਹ ਮਨੁੱਖਾ ਜੀਵਨ ਪ੍ਰਾਪਤ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਇਸੇ ਜੀਵਨ ਦੇ ਅੰਦਰ ਹੀ ਜੀਵ ਜੇ ਕਿਤੇ ਸੱਚੇ ਮਨ ਦੇ ਨਾਲ ਪਰਮੇਸ਼ਰ ਨੂੰ ਯਾਦ ਕਰੀ ਜਾਵੇ ਤੇ ਜੀਵਨ ਵੀ ਸਫਲ ਹੋ ਜਾਂਦਾ ਹੈ, ਪਰਮਾਤਮਾ ਦਾ ਮੇਲ ਵੀ ਹੋ ਜਾਂਦਾ ਹੈ। ਆਓ ਆਪਾਂ ਜੀਵਨ ਨੂੰ ਸਫਲ ਕਰਨਾ ਹੈ, ਸਾਡਾ ਵੀ ਮਨ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਵੇ, ਜਿੰਨਾ ਵੀ ਸਮਾਂ ਲੱਗ ਜਾਵੇ ਗੁਰੂ ਪ੍ਰਵਾਨ ਕਰ ਲੇ, ਗੁਰੂ ਬਖਸ਼ਿਸ਼ ਕਰ ਦੇਵੇ। ਦੇਖੋ ਜਦੋਂ ਵਡਿਆਈਆਂ ਸੁਣੀਆਂ ਰਾਜੇ ਨੇ ਤੇ ਰਾਜਾ ਕਹਿਣ ਲੱਗਾ ਕੱਲ ਤੋਂ ਤੂੰ ਇਕੱਲੀ ਨਹੀਂ ਜਾਣਾ, ਮੈਂ ਵੀ ਤੇਰੇ ਨਾਲ ਸਤਸੰਗ ਵਿੱਚ ਜਾਣਾ ਹੈ, ਮਨ ਬਣ ਗਿਆ। ਇਸ ਕਰਕੇ ਇਹ ਜਿਹੜੀਆਂ ਸਤਸੰਗ ਦੀਆਂ ਘੜੀਆਂ ਹਨ, ਬੜੇ ਵੱਡੇ ਭਾਗਾਂ ਦੇ ਨਾਲ ਨਸੀਬ ਹੋਇਆ ਕਰਦੀਆਂ ਨੇ। ਪੂਰਬਲੇ ਕਰਮਾਂ ਦੇ ਕੀਤੇ ਹੋਏ ਕਰਮ ਜਦੋਂ ਅੱਗੇ ਆਉਂਦੇ ਹਨ ਤਾਂ ਜਾ ਕੇ ਗੁਰੂ ਦਾ ਸਤਸੰਗ ਮਿਲਦਾ। ਸਾਧ ਸੰਗਤ ਜੀ, ਮਾੜੀ ਸੰਗਤ ਤੇ ਥਾਂ ਥਾਂ ਤੇ ਖੜੀ ਹੈ, ਪਰ ਗੁਰੂ ਦੀ ਸੰਗਤ ਬੜੇ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਬੜੀ ਗੁਰੂ ਨੇ ਕਿਰਪਾ ਕੀਤੀ ਹੈ ਸਾਨੂੰ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਜੋੜਿਆ ਹੈ। ਆਓ ਸ਼ੁਕਰਾਨਾ ਕਰੀਏ ਮਾਲਕ ਦਾ ਕਿ ਹੇ ਪਾਤਸ਼ਾਹ, ਮਨੁੱਖਾ ਜੀਵਨ ਵੀ ਬਖਸ਼ਿਆ ਤੇ ਸਾਨੂੰ ਸੱਚ ਦਾ ਮਾਰਗ ਵੀ ਦੱਸ ਦਿੱਤਾ ਹੈ, ਕਿਉਂਕਿ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਮਾਹੇ। ਚਾਨਣ ਤੋਂ ਭਾਵ ਹੁੰਦਾ ਕਿ ਸਾਨੂੰ ਰਸਤਾ ਵਿਖਾ ਰਹੀ ਹੈ, ਸਾਨੂੰ ਦੱਸ ਰਹੀ ਹੈ ਕਿ ਇਹ ਰਸਤਾ ਮਾੜਾ ਹੈ, ਇਹ ਚੰਗਾ ਹੈ, ਸਮਝ ਆ ਜਾਂਦੀ ਹੈ ਜੀਵ ਨੂੰ। ਆਓ ਮਾਲਕ ਦੇ ਚਰਨਾਂ ਨਾਲ ਹਮੇਸ਼ਾ ਇਸੇ ਤਰ੍ਹਾਂ ਜੁੜਿਆ ਰਹਿਣਾ, ਜਿੰਨਾ ਵੀ ਸਮਾਂ ਕਿਤੇ ਸਤਸੰਗ ਵਿੱਚ ਮਿਲੇ ਤੇ ਮਨ ਜੋੜ ਕੇ ਸ਼ਬਦ ਦੇ ਨਾਲ ਮਨ ਜੋੜਿਆ ਕਰੋ, ਕਿਉਂਕਿ ਸਤਿਗੁਰੂ ਜੀ ਨੇ ਆਖਿਆ ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਭਏ ਹਰ ਕੀਰਤਨ ਜਾਗੇ। ਜਿਹੜਾ ਸੱਚੇ ਮਨ ਦੇ ਨਾਲ ਕੀਰਤਨ ਦੇ ਵਿੱਚ ਜਾਗ ਜਾਂਦਾ, ਸਾਧ ਸੰਗ ਜਿਨ ਪਾਇਆ ਸਹੀ ਵੱਡ ਭਾਗੇ, ਜਿਨ੍ਹਾਂ ਨੇ ਸੰਗਤ ਕਰ ਲਈ, ਸੰਗਤ ਪਾ ਲਈ, ਉਹਨਾਂ ਦੇ ਬੜੇ ਵੱਡੇ ਭਾਗ ਹਨ। ਸਾਧ ਸੰਗਤ ਜੀ, ਆਓ ਜਿੰਨਾ ਸਮਾਂ ਵੀ ਆਪਾਂ ਸਤਿਗੁਰ ਦੇ ਚਰਨਾਂ 'ਚ ਬੈਠਣਾ ਹੈ, ਗੁਰਬਾਣੀ ਦੇ ਨਾਲ ਮਨ ਜੋੜੀ ਰੱਖਣਾ ਹੈ, ਸ਼ਬਦ ਸਰਵਣ ਕਰੋ। ਮ
ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਕਲ ਕੋ ਦੇਹਦਾ ਸਾਹਿਬ ਮੇਰਾ ਮਿਹਰਵਾਨ ਜੀ ਸਕਲ ਕੋ ਦੇਹਦਾ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਿਰਜਣਹਾਰ ਤੂੰ ਕਾਹੇ ਡੋਲੇ ਪ੍ਰਾਣੀਆਂ ਖੁਦ ਰੱਖੇਗਾ ਸਿਰਜਣਹਾਰ ਜਿਨ ਪੈਦਾਇਸ ਤੂੰ ਕੀਆ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ
ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹੋ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਮਿਹਰਵਾ ਕੱਖ ਅਗੋਚਰ ਜੀਓ ਪਿੰਡ ਤੇਰੀ ਰਾਸ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਜੀ ਸਗਲ ਕੋ ਦੇਹਦਾ ਸਾਹਿਬ ਮੇਰਾ ਮਿਹਰਵਾ ਜੀ ਸਗਲ ਕੋ ਦੇਹਦਾ ਸਾਹਿਬ ਮੇਰਾ ਮਿਹਰਵਾ ਜੀ ਸਗਲ ਕੋ ਦੇਹਦਾ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਮਿਹਰਵਾ ਸਾਹਿਬ ਮੇਰਾ ਸਾਹਿਬ ਮੇਰਾ ਮਿਹਰਵਾਨ
साहिब मेरा मेहरवा, 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 साहिब मेरा ਗੁਰ ਸੇਤੀ ਰਤਿਆ, ਸਤਿਗੁਰ ਸੇਤੀ ਰਤਿਆ, ਸਤਿਗੁਰ ਸੇਤੀ ਰਤਿਆ, ਦਰ ਗਏ ਪਾਈਏ ਥਾਉ, ਅੰਤਰ ਗੁਰ ਅਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਰਵਣੀ ਸਤਿਗੁਰ ਸੇਤੀ ਰਤਿਆ, ਸਤਿਗੁਰ ਸੇਤੀ ਰਤਿਆ, ਦਰ ਗਏ ਪਾਈਏ ਥਾਉ, ਦਰ ਗਏ ਪਾਈਏ ਥਾਉ, ਦਰ ਗਏ ਪ੍ਰਵਾਨ ਕਰਨਾ। ਸਤਿਗੁਰ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਕਰਦਿਆਂ, ਸੇਵਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ, ਆਪ ਸਾਰੀਆਂ ਸੰਗਤਾਂ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣੀ ਸਾਰੀਆਂ ਸੰਗਤਾਂ ਦਾ, ਗੁਰੂ ਸਾਹਿਬਾਂ ਦਾ ਕੋਟਨ ਕੁਟਾਨ ਧੰਨਵਾਦ। ਸਤਿਕਾਰ ਕਰਦੇ ਹਾਂ ਸਾਰੀਆਂ ਸੰਗਤਾਂ ਦਾ, ਗੁਰੂ ਸਾਹਿਬ ਦਾ, ਜਿਨ੍ਹਾਂ ਦੇ ਸਦਕਾ ਇਹ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਕਰਨ ਦਾ ਜੋ ਸਮਾਂ ਪ੍ਰਾਪਤ ਹੋਇਆ, ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਬਖਸ਼ਿਆ। ਸੋ ਸਾਰਿਆਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ।